ਕਮਲਾ ਜਿਹੜਾ ਹੋਟਲ 'ਚ ਰੇਡ ਕੀਤੀ ਹੈ, ਕਿਹੜੇ ਕਿਹੜੇ ਇਲਾਕੇ 'ਚ, ਕਿਹੜੇ ਕਿਹੜੇ ਜਿਹੜਾ ਹੋਟਲ 'ਚ ਰੇਡ ਕੀਤੀ ਗਈ? ਇਹ ਜੀ ਮਾਣਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਅਸੀਂ ਪਰਸੋਂ ਬੱਸ ਸਟੈਂਡ ਦੇ ਬੈਕਸਾਈਡ ਹੋਟਲਾਂ ਦੇ ਵਿੱਚ ਰੇਡ ਕੀਤੀ, ਸਾਨੂੰ ਮੁਖਬਰੀ ਮਿਲੀ ਸੀਗੀ ਦੋ ਤਿੰਨ ਹੋਟਲਾਂ ਦੇ ਵਿੱਚ ਜਿਹੜਾ ਹੈਗਾ ਨਜਾਇਜ਼ ਜਿਹੜਾ ਦੇਹ ਵਪਾਰ ਦਾ ਧੰਦਾ ਚੱਲਦਾ ਹੈ, ਉਹਨਾਂ ਦੇ ਵਿੱਚ ਅਸੀਂ ਜਦੋਂ ਰੇਡ ਕੀਤੀ ਤਾਂ ਹੋਟਲ ਪ੍ਰਿੰਸ ਪੈਲਸ ਅਤੇ ਹੋਟਲ ਸਿਮਰਨ ਦੇ ਵਿੱਚੋਂ ਸਾਨੂੰ ਇਤਰਾਜ਼ਯੋਗ ਹਾਲ ਦੇ ਵਿੱਚੋਂ ਤਿੰਨ ਜੋੜੇ ਮਿਲੇ ਨੇ। ਅਸੀਂ ਹੋਟਲ ਮਾਲਕ ਅਤੇ ਉਹਨਾਂ ਜੋੜਿਆਂ ਦੇ ਖਿਲਾਫ਼ ਜਿਹੜਾ ਹੈਗਾ ਇਹ ਮੋਰਲ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ। ਕੌਣ ਬੰਦੇ, ਕਿੰਨੇ ਬੰਦੇ ਦੇ ਖਿਲਾਫ਼ ਪਰਚਾ ਦਰਜ ਹੋਏ ਆ? ਇਹਦੇ ਵਿੱਚ ਦੋ ਤਾਂ ਜੀ ਹੋਟਲ ਮਾਲਕ ਨੇ ਅਤੇ ਤਿੰਨ ਜਿਹੜੇ ਹੈਗੇ ਨੇ ਜੋੜੇ ਨੇ, ਤਿੰਨ ਲੜਕੇ ਅਤੇ ਤਿੰਨ ਲੜਕੀਆਂ। ਕਿੰਨੇ ਚਿਰ ਤੋਂ ਕਾਲ ਚੱਲ ਰਿਹਾ ਸੀ ਕੰਮ, ਤੈਨੂੰ ਪਤਾ ਲੱਗਿਆ ਕੁਛ? ਕਿੰਨੇ ਚਿਰ ਤੋਂ ਕਰ ਰਹੇ ਸੀ ਕੰਮ? ਇਹ ਜਿਹੜਾ ਹੈਗਾ ਤਫਤੀਸ਼ ਦਾ ਪਾਰਟ ਹੈ, ਤਫਤੀਸ਼ ਦੇ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਤੁਹਾਡੇ ਧਿਆਨ 'ਚ ਲਿਆਉਂਦਾ ਜਾਊਗਾ। ਕੀ ਹਦਾਇਤ ਕੀ ਦੇਣਾ ਚਾਹੁੰਦੇ ਹੋ ਇਹਨਾਂ ਨੂੰ? ਇਹਨਾਂ ਨੂੰ ਮੈਂ ਇਹੀ ਹਦਾਇਤ ਦੇਣਾ ਚਾਹੁੰਦਾ ਕਿ ਅੱਗੇ ਤੋਂ ਜਿਹੜਾ ਹੈਗਾ ਅਜਿਹੇ ਕੰਮ ਕਰਨ ਤੋਂ ਪਰਹੇਜ਼ ਕਰਨ, ਨਹੀਂ ਤਾਂ ਸਾਡੇ ਵੱਲੋਂ ਹੋਰ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਚੈਕਿੰਗ ਵਗੈਰਾ ਵੀ ਕੀਤੀ ਜਾਏਗੀ ਜੀ? ਬਿਲਕੁਲ ਜੀ, ਰੈਗੂਲਰ ਜਿਹੜੀ ਹੈਗੇ ਆ ਦਿਨ ਰਾਤ ਚੈਕਿੰਗ ਕੀਤੀ ਜਾਊਗੀ। ਜੇ ਕੋਈ ਇਹੋ ਜਿਹੀ ਜਿਹੜੀ ਸੂਚਨਾ ਸਾਹਮਣੇ ਆਉਂਦੀ ਹੈ, ਕੋਈ ਇਹੋ ਜਿਹੀ ਇਨਫੋਰਮੇਸ਼ਨ ਸਾਹਮਣੇ ਆਉਂਦੀ ਹੈ ਤਾਂ ਉਸਦੇ ਤਹਿਤ ਕੰਮ ਦੀ ਕਾਰਵਾਈ ਕੀਤੀ ਜਾਊਗੀ।